ਮਲੋਟ ਵਿਖੇ ਭਾਜਪਾ ਦੇ MLA ਦੇ ਨਾਲ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਮਲੋਟ ਵਿਖੇ ਅੱਜ ਅਬੋਹਰ ਦੇ ਭਾਜਪਾ MLA ਅਰੁਣ ਨਰੰਗ ਨਾਲ ਕੋਈ ਖਿੱਚਤੂ ਅਤੇ ਭਾਜਪਾ ਦਫ਼ਤਰ ਮਲੋਟ ਵਿਖੇ ਕੋਈ ਪੰਨਤੋੜ ਤੋਂ ਬਾਅਦ ਵਿਧਾਇਕ ਅਰੁਣ ਨਰੰਗ ਦੇ ਕੱਪੜੇ ਪਾੜ ਦਿੱਤੇ ਗਏ। ਵਿਧਾਇਕ ਨੇ ਨਗਨ ਹਾਲਤ ਵਿੱਚ ਭੱਜ ਕੇ ਇੱਕ ਦੁਕਾਨ ਵਿੱਚ ਵੜ ਕੇ ਆਪਣਾ ਬਚਾਅ ਕੀਤਾ। ਪੁਲਿਸ ਨੇ ਬਹੁਤ ਮੁਸ਼ਕਲ ਨਾਲ ਵਿਧਾਇਕ ਨੂੰ ਭੜਕੀ ਹੋਈ ਭੀੜ ਵਿੱਚੋਂ ਬਾਹਰ ਕੱਢਿਆ।